ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਹੇਮਕੁੰਡ ਸਾਹਿਬ ਦੇ ਸਵੇਰ ਮਲੇ ਦੇ ਅੱਜ ਤਰੀਕ 17 ਮਹੀਨਾ ਅਗਸਤ ਦਾ 2023 ਸਾਲ ਹੇਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੁਸੀਂ ਦੇਖ ਪਾ ਰਹੇ ਹੋਗੇ ਸੋਲੇ ਰੰਗ ਦੀਆਂ ਪਹਾੜੀਆਂ ਜਿੱਥੇ ਸੂਰਜ ਦੀਆਂ ਸਵੇਰ ਦੀਆਂ ਪਹਿਲੀਆਂ ਕਿਰਨਾਂ ਪੈ ਰਹੀਆਂ ਹਨ ਇਹ ਹੇਮਕੁੰਡ ਸਾਹਿਬ ਦੇ ਨਾਲ ਨਾਲ ਸਾਈਡ ਤੇ ਜਿੰਨੀਆਂ ਪਹਾੜੀਆਂ ਨੇ ਦੇਖੋ ਉਹਨਾਂ ਦੇ ਅਲੌਕਿਕ ਨਜ਼ਾਰੇ ਜਿੱਥੇ ਹਰਿਆਵਲ ਨਾਲ ਇਸ ਟਾਈਮ ਪਹਾੜੀਆਂ ਹਰੀਆਂ ਹੋ ਚੁੱਕੀਆਂ ਹਨ ਬਰਫ਼ ਜ਼ਿਆਦਾਤਰ ਪਿਘਲ ਚੁੱਕੀ ਹੈ ਤੇ ਝਰਨੇ ਬਣ ਕੇ ਚਲ ਚੱਕ ਚੁੱਕੇ ਹਨ ਤੇ ਉਹ ਝਰਨਿਆਂ ਦਾ ਪਾਣੀ ਸਾਰਾ ਵਹਿ ਕੇ ਆਪਣੇ ਜਿਹੜਾ ਸਰੋਵਰ ਹੈ ਸਰੋਵਰ ਦੇ ਵਿੱਚ ਆਇਆ ਹੈ ਇਹ ਪਹਾੜਾਂ ਦੇ ਵਿੱਚ ਕਿਤੇ ਕਿਤੇ ਤੁਹਾਨੂੰ ਹਰਾ ਰੰਗ ਦਿਖਾਈ ਦੇਵੇਗਾ ਕਿਤੇ ਤੁਹਾਨੂੰ ਉੱਪਰ ਨੀਲਾ ਅਸਮਾਨ ਦਿਖਾਈ ਦੇਵੇਗਾ ਤੇ ਕਿਤੇ ਤੁਹਾਨੂੰ ਕਾਲੇ ਰੰਗ ਦੇ ਪਹਾੜ ਇਹ ਇੰਨਾ ਸਾਰਿਆਂ ਦੇ ਵਿੱਚ ਸੁਸ਼ੋਭਿਤ ਆਪਣੇ ਗੁਰਦੁਆਰਾ ਹਿਮਕੁੰਡ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਪਿਛਲੇ ਜਨਮ ਦੇ ਵਿੱਚ ਪੂਰਬਲੇ ਜਨਮ ਦੇ ਵਿੱਚ ਭਗਤੀ ਕੀਤੀ ਸੀ ਤੇ ਇਹ ਦੇਖੋ ਇੱਥੋਂ ਦਾ ਕੁੰਡ ਜਿਹਨੂੰ ਜਿੱਥੋਂ ਇਸ ਦਾ ਨਾਮ ਪਿਆ ਹਿਮਕੁੰਡ ਸਾਹਿਬ ਤੇ ਇਸ ਨੂੰ ਆਪੋ ਸਰੋਵਰ ਕਹਿੰਦੇ ਆ ਜੀ ਇਹ ਪੂਰਾ ਹਰਿਆਵਲ ਉੱਪਰ ਹੋਣ ਕਰਕੇ ਹਰੇ ਰੰਗ ਦੇ ਵਿੱਚ ਰੰਗਿਆ ਹੋਇਆ ਤੇ ਇਹ ਦੇਖੋ ਜੀ ਇੱਥੇ ਵਣ ਜੀਵਨ ਇੱਥੇ ਚਿੜੀਆਂ ਤੇ ਹੋਰ ਜਿਹੜੇ ਜੀਵ ਜੰਤੂ ਇਸ ਮੌਸਮ ਵਿੱਚ ਪੈਦਾ ਹੋ ਸਕਦੇ ਹਨ ਉਹ ਵੀ ਇਸ ਟਾਈਮ ਪੂਰੇ ਖੁਸ਼ੀ ਦੇ ਵਿੱਚ ਖੇੜੇ ਦੇ ਵਿੱਚ ਘੁੰਮਦੇ ਹੋਏ ਤੇ ਇਹ ਗੁਰਦੁਆਰਾ ਸਾਹਿਬ ਸਵੇਰ ਦੇ ਅਲੌਕਿਕ ਦਰਸ਼ਨ ਬਹੁਤ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਇਹ ਦਰਸ਼ਨ ਕਰਨ ਨੂੰ ਮਿਲੇ ਸਵੇਰ ਵੇਲੇ ਇੱਥੇ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਜਿਆਦਾ ਪਹਿਲੇ ਸਮੇਂ ਵਿੱਚ ਇੱਥੇ ਪਹੁੰਚ ਸਕੇ ਨਹੀਂ ਤਾਂ ਆਮ ਤੌਰ ਤੇ ਲੋਕ ਲੇਟ ਹੋ ਜਾਂਦੇ ਹਨ ਕਿਉਂਕਿ ਥੱਲੇੋਂ ਠੰਡ ਬਹੁਤ ਹੁੰਦੀ ਹੈ ਨਿਕਲਦੇ ਸਮਾਂ ਲੱਗ ਜਾਂਦਾ ਹੈ ਪਰ ਜੋ ਸਮਾਂ ਹੈ ਇਹ ਜੋ ਅਲੌਕਿਕ ਦਰਸ਼ਨ ਹਨ ਇਸ ਨੂੰ ਜਵਾਨ ਰਾਹੀਂ ਵੀਡੀਓ ਰਾਹੀਂ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਇਹ ਤਾਂ ਜਿਹੜਾ ਬੰਦਾ ਇਸ ਮਾਹੌਲ ਦੇ ਵਿੱਚ ਆਂਦਾ ਹੈ ਉਸ ਨੂੰ ਹੀ ਪਤਾ ਲੱਗਦਾ ਹੈ ਕਿ ਕੀ ਕੀ ਮਾਹੌਲ ਹੈ ਕਿਸ ਤਰ੍ਹਾਂ ਦੇ ਇਹ ਦਰਸ਼ਨ ਹਨ ਪਰ ਦਿਲ ਨੂੰ ਸਕੂਨ ਬਹੁਤ ਮਿਲ ਰਿਹਾ ਹੈ ਬਹੁਤ ਅਲੌਕਿਕ ਦਰਸ਼ਨ ਹਨ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ